ਹਾਂਜੀ ਨਮਸਕਾਰ ਜੀ ਸਵਾਤੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੱਲ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਵਿੱਚ ਜਿਹੜਾ ਕਲਰਕ ਦਾ ਐਗਜ਼ਾਮ ਹੋਇਆ ਹੈ ਤੇ 14 ਸਤੰਬਰ ਨੂੰ ਤੇ ਇੱਕ ਹੋਰ ਵੀਡੀਓ ਮੈਂ ਕੱਲ ਪਾਈ ਸੀਗੀ ਉਹਦੇ ਉੱਪਰ ਕਿ ਐਗਜ਼ਾਮ ਐਨਲਿਸਿਸ ਕੀ ਮੈਂ ਸੀਗਾ ਤੇ ਅੱਜ ਜਿਹੜੀ ਵੀਡੀਓ ਆਪਾਂ ਕੱਟਆਫ ਤੇ ਪਾ ਰਹੇ ਹਾਂ ਕਿ ਅਗਲਾ ਜਿਹੜਾ ਤੁਹਾਡਾ ਸੈਕੰਡ ਸਟੈਪ ਤੇ ਟਾਈਪਿੰਗ ਦਾ ਹੈ ਕਿ ਉਹਦੇ ਵਾਸਤੇ ਜਿਹੜੀ ਕੱਟਆਫ ਹੈ ਉਹ ਤੁਹਾਡੀ ਕਿੰਨੀ ਰਹਿਣ ਵਾਲੀ ਹੈ ਤੇ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਲਿਓ ਵੀਡੀਓ ਨੂੰ ਤਾਂ ਦੇਖੋ ਇੱਕ ਆਪਾਂ ਨੂੰ ਪਤਾ ਹੈ ਕਿ ਵੈਕੈਂਸੀਆਂ ਇਹਦੇ ਵਿੱਚ ਬੜੀਆਂ ਹੀ ਘੱਟ ਸੀਗੀਆਂ ਟੋਟਲ ਜਿਹੜਾ ਇਹ ਪੋਸਟਾਂ ਸੀਗੀਆਂ 26 ਪੋਸਟਾਂ ਵਾਸਤੇ ਹੀ ਜਿਹੜਾ ਪੇਪਰ ਹੈ ਉਹ ਤੇ ਇਸ طرف ਜਿਹੜੀਆਂ ਹੈਗੀਆਂ ਨੇ ਵੈਕੈਂਸੀਆਂ ਲਿਖਿਆ ਨੇ men women ਦੀਆਂ ਕਿੰਨੀ-ਕਿੰਨੀਆਂ ਨੇ ਤੇ ਉਸ ਇਸ ਤੋਂ ਬਾਅਦ ਇਧਰ ਸਾਈਡ ਜਿਹੜੀ ਹੈਗੀ ਉਹ ਕੱਟ-ਆਫ ਲਿਖੀ ਹੋਈ ਹੈ ਜੇਕਰ ਮੈਂ ਜਨਰਲ ਦੀ ਗੱਲ ਕਰਾਂ ਦੇਖੋ ਵੈਕੈਂਸੀਆਂ ਘੱਟ ਸੀਗੀਆਂ ਤੇ 100 ਨੰਬਰ ਦਾ ਤੁਹਾਡਾ ਪੇਪਰ ਹੋਇਆ ਸੀਗਾ ਟੋਟਲ ਉਹਦੇ ਵਿੱਚ ਜਿਹੜੇ 150 ਕੁਐਸਚਨ ਆਏ ਸੀਗੇ ਜਿਹਦੇ ਵਿੱਚੋਂ ਪਹਿਲੇ 50 ਕੁਐਸਚਨ ਤਾਂ ਪੰਜਾਬੀ ਦੇ ਸੀਗੇ ਜਿਹੜੇ ਕਿ ਸਾਰਨੇ ਹੀ ਮੰਡੇਟਰੀ ਸੀਗੇ ਕਿ ਉਹ ਪਾਸ ਕਰਨਾ ਹੈ ਤੇ ਉਹਦੇ ਨੰਬਰ ਵੀ ਐਡ ਨਹੀਂ ਹੋਣਗੇ ਉਸ ਤੋਂ ਬਾਅਦ ਜਿਹੜੇ 51 ਤੋਂ ਲੈ ਕੇ 150 ਤੱਕ ਕੁਐਸਚਨ ਸੀਗੇ 100 ਕੁਐਸਚਨ ਉਹਨਾਂ ਦੇ ਹੀ ਨੰਬਰ ਤੁਹਾਡੇ ਜਿਹੜੇ ਕਾਊਂਟ ਕੀਤੇ ਜਾਣਗੇ ਪਹਿਲਾਂ ਸਿਰਫ ਪੇਪਰ ਕਲੀਅਰ ਪੇਪਰ ਹੈ ਉਹ 25 ਨੰਬਰ ਉਹਦੇ ਵਿੱਚ ਤੁਹਾਨੂੰ ਲੈਣੇ ਹੋਣਗੇ ਉਸ ਤੋਂ ਬਾਅਦ ਹੀ ਤੁਹਾਡਾ ਦੂਜੇ ਵਾਲਾ ਪੇਪਰ ਚੈੱਕ ਹੋਊਗਾ ਤਾਂ ਆਪਾਂ ਸੋ ਦੇ ਵਿੱਚੋਂ ਜਿਹੜੇ ਨੰਬਰ ਇਹ ਲਾਏ ਨੇ ਦੇਖੋ ਜਨਰਲ ਕੈਟਾਗਰੀ ਦੇ ਜਿਹੜੇ ਨੰਬਰ 85 ਤੋਂ 90 ਦੇ ਵਿੱਚ ਅਨੁਮਾਨ ਲਗਾਇਆ ਜਾਵੇਗਾ ਕਿ 85 ਤੋਂ 90 ਦੇ ਵਿੱਚ ਤੁਹਾਡੇ ਜਿਹੜੇ ਹੈਗੇ ਨੇ ਨੰਬਰ بڑھਨੇ ਚਾਹੀਦੇ ਨੇ ਕਿਉਂ ਇੱਕ ਤਾਂ ਦੇਖੋ ਵੈਕੈਂਸੀਆਂ ਬੜੀਆਂ ਘਟ ਨੇ ਇਹ ਜੇਕਰ ਤੁਹਾਡੇ ਇਨੇ ਨੰਬਰ ਹੁੰਦੇ ਨੇ ਫੇਰ ਹੀ ਤੁਹਾਡੇ ਜਿਹੜੇ ਅੱਗੇ ਸੈਕੰਡ ਸਟੈਪ ਵਾਸਤੇ ਤੁਸੀਂ ਜਾ ਸਕਦੇ ਹੋ ਜਿਹੜਾ ਕਿ ਟਾਈਪਿੰਗ ਦਾ ਹੋਵੇਗਾ ਇਹ ਕਿਉਂਕਿ ਦੇਖੋ ਹੁਣ ਸਾਰ ਨੂੰ ਪਤਾ ਹੈ ਟਾਈਪਿੰਗ ਜਿਹੜੀ ਹੈਗੀ ਉਹ ਸਾਰੇ ਬੱਚੇ ਕਰ ਰਹੇ ਨੇ ਉਹਨਾਂ ਨੂੰ ਪਤਾ ਵੀ ਕਲਰਕ ਦਾ ਪੇਪਰ ਹੈ ਤਾਂ ਟਾਈਪਿੰਗ ਮੰਡੀਟਰੀ ਰੱਖੀ ਗਈ ਹੈ ਕਲਰਕ ਦੇ ਪੇਪਰ ਵਾਸਤੇ ਤਾਂ ਉਹਦੇ ਵਿੱਚ ਟਾਈਪਿੰਗ ਜਿਹੜੀ ਹੈਗੀ ਸਾਰੇ ਬੱਚੇ ਹੁਣ ਉਸ ਤੋਂ ਬਾਅਦ ਦੇਖੋ ਜੇਕਰ ਜਨਰਲ ਦੀ ਗੱਲ ਕਰਾਂ ਤਾਂ ਟੋਟਲ 6 ਵੈਕੈਂਸੀਆਂ ਸੀਗੀਆਂ ਜਿਦੇ ਵਿੱਚ 3 ਮੈਨ ਦੇ 3 ਵੂਮਨ ਦੀਆਂ ਐਸਸੀ ਐਸਟੀ ਐਮਐਨਬੀ ਦੀ ਗੱਲ ਕਰਾਂ ਤਾਂ ਇੱਕ ਵੈਕੈਂਸੀ ਸੀਗੀ ਉਹ ਵੀ ਮੈਨ ਵਾਸਤੇ ਆਰ ਐਂਡ ਉਹਦੇ ਵਿੱਚ 2 ਵੈਕੈਂਸੀ ਸੀਗੀਆਂ ਮੈਨ ਦੀਆਂ ਤੇ ਇੱਕ ਸੀਗੀ ਵੂਮਨ ਦੀ ਤਾਂ ਇਹਦੀ ਜਿਹੜੀ ਕੱਟਆਫ ਹੈ 76 ਤੋਂ 80 ਦੇ ਵਿੱਚ ਅਨੁਮਾਨ ਲਗਾਇਆ ਜਾ ਰਿਹਾ ਹੈ ਇਹ ਜਿਹੜੀ ਕੱਟਆਫ ਹੈ ਇਹ ਕੈਂਡੀਡੇਟ ਦੇ ਰਿਸਪੌਂਸ ਦੇ ਆਧਾਰ ਤੇ ਇੱਥੇ ਦਰਸਾਈ ਗਈ ਹੈ ਇਹ ਪੇਪਰ ਜਦੋਂ ਹੋਵੇਗਾ ਜਦੋਂ ਅਸਲ ਕੱਟ-ਆਫ ਆਏਗਾ ਉਹਦੇ ਅਕੋਰਡਿੰਗ ਇਹ ਆਪਾਂ ਦੁਬਾਰੇ ਤੋਂ ਇੱਕ ਹੋਰ ਵੀਡੀਓ ਬਣਾ ਕੇ ਫਿਰ ਆਪਾਂ ਦੱਸ ਦੇਵਾਂਗੇ। OBC ਦੀ ਜਿਹੜੀ ਕੱਟ-ਆਫ ਹੈ ਉਹ 82-85 ਦੇ ਵਿੱਚ ਰੱਖੀ ਮਤਲਬ ਅਨੁਮਾਨ ਲਗਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਵੈਕੈਂਸੀਆਂ ਦੇਖ ਲਓ ਦੋ ਵੈਕੈਂਸੀਆਂ men ਵਾਸਤੇ ਨੇ ਇੱਕ ਵੈਕੈਂਸੀ women ਵਾਸਤੇ ਟੋਟਲ ਤਿੰਨ ਵੈਕੈਂਸੀਆਂ ਸੀਗੀਆਂ। ਵੈਕੈਂਸੀ ਘੱਟ ਹੈ ਇਸ ਲਈ ਜਿਹੜੀ ਕੱਟ-ਆਫ ਹੈ ਉਹ ਜ਼ਿਆਦਾ ਰਹਿਣ ਦੇ ਖਸਾਰ ਨੇ। ਉਸ ਤੋਂ ਬਾਅਦ ای ڈਬਲਯੂ ਐਸ ਦੇ ਵਿੱਚ ਦੋ ਵੈਕੈਂਸੀ ਸੀਗੀਆਂ ਦੋਵੇਂ ਮੈਨ ਦੀਆਂ ਨੇ ਔਮਨ ਦੀ ਕੋਈ ਵੈਕੈਂਸੀ ਨਹੀਂ ਹੈ ਤਾਂ 80 ਤੋਂ 83 ਦੇ ਵਿੱਚ ਕੱਟ-ਆਫ ਇਹਦੀ ਰਹਿਣ ਦੇ ਅਨੁਮਾਨ ਹੈ ਐਕਸ ਸਰਵਿਸ ਮੈਨ ਦੀਆਂ ਮੈਨ ਵਾਸਤੇ ਕੋਈ ਵੈਕੈਂਸੀ ਨਹੀਂ ਸੀਗੀ ਔਮਨ ਵਾਸਤੇ ਹੀ ਦੋ ਵੈਕੈਂਸੀਆਂ ਸੀਗੀਆਂ 50 ਤੋਂ 70 ਦੇ ਵਿੱਚ ਇਹਦੀ ਕੱਟ-ਆਫ ਹੈ ਫਿਜ਼ੀਕਲ ਹੈਂਡੀਕੈਪ ਦੇ ਇੱਕ ਵੈਕੈਂਸੀ ਸੀਗੀ ਉਹ ਵੀ ਔਮਨ ਦੀ ਤਾਂ 60 ਤੋਂ 50 ਦੇ ਵਿੱਚ ਅਨੁਮਾਨ ਲਗਾਇਆ ਜਾ ਰਿਹਾ ਕਿ ਇਹਦੀ ਰਹੇਗੀ ਉਸ ਤੋਂ ਬਾਅਦ ਫਰੀडम फाइਟਰ ਆ ਜਾਂਦੇ ਨੇ ਉਹਨਾਂ ਵਾਸਤੇ ਵੀ ਇੱਕ ਵੈਕੈਂਸੀ ਸੀਗੀ ਉਹ ਵੀ ਔਮਨ ਦੀ ਤਾਂ ਇਹਦੇ ਜਿਹੜੀ ਕੱਟ-ਆਫ ਹੈ ਉਹ 50 ਤੋਂ 60 ਜਿਹੜੀ ਹੈਗੀ ਆ ਉਹ ਰਹਿ ਸਕਦੀ ਹੈ ਕਿਉਂਕਿ ਦੇਖੋ ਜਿੱਥੇ ਵੈਕੈਂਸੀਆਂ ਮੈਨ ਵਾਸਤੇ ਕੋਈ ਨਹੀਂ ਹੈਗੀ ਉੱਥੇ ਜਿਹੜੀ ਕਟ-ਆਫ ਹੈ ਬਹੁਤ ਜ਼ਿਆਦਾ ਡ੍ਰੋਪ ਕਰੇਗੀ ਕਿਉਂਕਿ ਜਿਹੜੀਆਂ ਔਰਤਾਂ ਨੇ ਮੋਸਟਲੀ ਪੇਪਰ ਨਹੀਂ ਭਰਦੀਆਂ ਜੇਕਰ ਭਰੀਆਂ ਵੀ ਹੋਣਗੀਆਂ ਉਹਨਾਂ ਨੇ ਜੇਕਰ ਫਾਰਮ ਵੀ ਭਰਿਆ ਹੋਣਾ ਤਾਂ ਉਹ ਐਕਸ ਸਰਵਿਸਮੈਨ ਫਿਜ਼ੀਕਲ ਹੈਂਡੀਕੈਪਟ ਜਾਂ ਫਰੀडम फाइਟਰ ਦੇ ਵਿੱਚ ਜਿਹੜਾ ਹੈਗਾ ਉਹ ਘੱਟ ਹੋਣਗੇ ਜਿਹੜਾ ਇਹ ਜਿਹਾ ਕੋਟਾ ਜਿਨ੍ਹਾਂ ਕੋਲ ਇਹ ਕੋਟਾ ਹੋਊਗਾ ਉਤੋਵਾਦ ਵੈਕੈਂਸੀਆਂ ਵੀ ਇਹਦੇ ਵਿੱਚ ਥੋੜੀ ਥੋੜੀਆਂ ਨੇ ਤਾਂ ਮੋਸਟਲੀ ਕੈਂਡੀਡੇਟ ਇਹ ਸੋਚਦੇ ਕਿ ਇੱਕ ਵੈਕੈਂਸੀ ਹੈ ਉਹ ਦੇ ਨਾਲ ਵੀ ਮੇਰਾ ਨੰਬਰ ਆਊਗਾ ਨਹੀਂ ਆਊਗਾ ਤਾਂ ਇਸ ਕਰਕੇ ਉਹ ਫਾਰਮ ਵੀ ਨਹੀਂ ਫਿਲ ਕਰਦਾ ਤਾਂ ਕਿ ਇਹਨਾਂ ਦਾ ਜਿਹੜਾ ਹੈਗਾ ਡਰਾਸਟਿਕ ਡ੍ਰੋਪ ਜਿਹੜਾ ਦਿਖਾਇਆ ਗਿਆ ਇਹਨਾਂ ਦੀ ਕੱਟਆਫ ਦੇ ਵਿੱਚ ਬਾਕੀ ਜਿਹੜੀਆਂ ਹੈਗੀਆਂ ਨੇ ਉੱਪਰ ਵਾਲੀਆਂ ਵੈਕੈਂਸੀ ਜਿਵੇਂ ਜਨਰਲ ਐਸ ਸੀ ਐਸਟੀ ਓ ਬੀ ਸੀ ਈ ਡਬਲਯੂ ਐਸ ਇਹਨਾਂ ਵਿੱਚ ਫਾਰਮ ਜਿਹੜੇ ਹੈਗੇ ਨੇ ਕੈਂਡੀਡੇਟ ਫਿਲ ਕਰਦੇ ਨੇ ਤਾਂ ਇਹਨਾਂ ਦੀ ਜਿਹੜੀ ਕੱਟਆਫ ਹੈ ਉਹ ਵੀ ਹਾਈ ਰਹਿਣ ਦੇ ਆਸਾਰ ਨੇ ਹੁਣ ਉਸ ਤੋਂ ਬਾਅਦ ਇੱਕ ਆਪਾਂ ਉਹਨਾਂ ਇੱਕ ਜਿਹੜਾ ਹੈਗਾ ਆਪਣੇ YouTube ਚੈਨਲ ਤੇ ਵੀ ਤੁਸੀਂ ਜੇ ਉੱਥੇ ਮਾਰ ਕਰ ਸਕਦੇ ਹੋ ਉਹਦੇ ਵਿੱਚ ਵੀ ਇੱਕ ਪੂਲ ਪਾਇਆ ਗਿਆ ਸੀਗਾ ਕਿ ਕਿੰਨੇ ਕਿੰਨੇ ਜਿਹੜੇ ਤੁਹਾਡੇ ਨੰਬਰ ਨੇ ਉਹ ਆਏ ਨੇ ਉਸ ਤੋਂ ਬਾਅਦ ਫਾਈਨਲ ਨੰਬਰ ਤਾਂ ਤੁਹਾਨੂੰ ਆਪਣੇ ਜਿਹੜੇ ਦਾ ਬੋਰਡ ਵੱਲੋਂ ਜਦੋਂ ਵੀ ਅਨਸਰ ਕੀ ਪਾਈ ਗਈ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗੇ ਜਾਣਾ ਹੈ ਤਾ ਉਸ ਦੇ ਅਕੋਰਡਿੰਗ ਅਜੇ ਤੁਸੀਂ ਪੇਪਰ ਦੇਖ ਕੇ ਆਏ ਹੋ ਕਿਉਂਕਿ ਇਹ ਕੁਐਸਚਨ ਪੇਪਰ ਤੁਹਾਡੇ ਕੋਲ ਹੈ ਤੁਸੀਂ ਆਪਣੇ ਨੰਬਰ ਲਗਾ ਲਏ ਹੋਣਗੇ ਕਿ ਕਿੰਨੇ ਕਿੰਨੇ ਨੰਬਰ ਬਣੇ ਨੇ ਉਹ ਦੇ ਅਕੋਰਡਿੰਗ ਇਹ ਕੱਟ ਆਫ ਜਿਹੜੀ ਹੈਗੀ ਉਹ ਬਣਾਈ ਗਈ ਹੈ ਬਾਕੀ ਤੁਸੀਂ ਆਪਣੇ ਜਿਹੜੇ ਨੰਬਰ ਨੇ ਉਹ ਨੀਚੇ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਕਿੰਨੇ ਤੁਹਾਡੇ ਨੰਬਰ ਜਿਹੜੇ ਹੈਗੇ ਨੇ ਉਹ ਬਣੇ ਨੇ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਥੈਂਕ ਯੂ